ਕਿ ਪੂਆ ਦਾ ਮੁੰਡਾ ਕੈਨੇਡਾ ਆ ਕੇ ਦਾਮ ਵਸ ਗਿਆ ਦੱਸਿਆ ਹੀ ਨਹੀਂ ਸਾਨੂੰ ਦੱਸਿਆ ਹੀ ਨਹੀਂ ਸਾਨੂੰ ਸਾਨੂੰ ਇੱਕ ਵਾਰ ਫੋਨ ਕਰ ਦਿੰਦੇ ਤੁਹਾਡਾ ਫੇਸ ਆ ਜੀ ਜੀ ਤੁਸੀਂ ਐਂ ਕਰਕੇ ਗੋਲਾ ਬਣਾਇਆ ਉੱਥੇ ਚਾਰ ਨਿੰਬੂ ਰੱਖੇ ਸੀਗੇ ਪੰਜ ਰੱਖੇ ਸੀਗੇ ਉੱਥੇ ਸੂਈ ਮਾਰੀ ਤੇ ਐਦਾਂ ਕਰਕੇ ਕੋਈ ਸੰਦੂਸ ਸੰਦਾਰ ਜੇ ਰੱਖਿਆ ਸੀਗਾ ਇਹ ਤੇ ਇਹ ਤੁਸੀਂ ਇਹ ਕੁਝ ਗਲਤ ਇਹ ਤੁਸੀਂ ਗਲਤ ਪ੍ਰਚਾਰ ਕਰ ਰਹੇ ਹੋ ਇਹ ਇਹਦਾ ਮਤਲਬ ਕੋਈ ਸਬੂਤ ਹੀ ਨਹੀਂ ਹੈਗਾ ਅਸੀਂ ਸਬੂਤ ਛੱਡਦੇ ਹੀ ਨਹੀਂ ਮੇਰੀ ਮੇਰੀ ਗੱਲ ਸੁਣੋ ਜੇ ਇਹ ਹੁੰਦਾ ਨਹੀਂ ਹੈ ਹਾਂ ਇਹ ਬੜੀ ਸਦੀਆਂ ਤੋਂ ਚੱਲਦਾ ਆ ਰਿਹਾ ਹੈ ਇਹ ਟੂਣੇ ਅਸੀਂ ਸ਼ਰੀਕ ਕਰਦੇ ਆ ਆਪਣੇ ਇੱਕ ਬੰਦਾ ਕਰਦਾ ਆਪਣਾ ਖੂਨ ਕਰਦਾ ਕੋਈ ਬਾਹਰਲਾ ਨਹੀਂ ਕਰਦਾ ਇਹ ਇਹ ਆਪਣਾ ਹੀ ਬੰਦਾ ਕਰੇਗਾ ਜੀ ਇਹ ਬਹੁਤ ਪਹਿਲਾਂ ਤੋਂ ਚੱਲਦਾ ਆ ਰਿਹਾ ਜੀ ਕੋਈ ਆ ਅੱਜ ਅਸ ਨਵਾਂ ਰੂਲ ਨਹੀਂ ਬਣਾ ਲਿਆ ਵੀ ਅਸੀਂ ਟੂਣਾ ਟੂਣਾ ਕਰ ਰਹੇ ਆ ਜੀ ਝਾੜੂ ਖੋਲਤਾ ਜੀ ਚੰਪਦੇ ਵਿੱਚ ਅਸੀਂ ਉਨੀ ਮੂ ਰੱਖਤੇ ਅਸੀਂ ਖੋਪਾ ਰੱਖਤਾ ਠੀਕ ਹੈ ਨਾ ਖੋਪਾ ਕੋ ਟੱਪ ਜੇ ਤਾਂ ਨੁਕਸਾਨ ਖੋਪਾ ਟੱਪ ਜੇ ਤਾਂ ਬਹੁਤ ਨੁਕਸਾਨ ਉਹ ਗੱਲ ਕੀ ਹੈ ਸਰਦਾਰ ਜੀ ਅਸੀਂ ਸਬੂਤ ਛੱਡਦੇ ਨਹੀਂ 4:30 ਵਜੇ ਜਾ ਕੇ ਟੂਣਾ ਕਰਦੇ ਤਾਂ ਕਿ ਪੈਜੀ ਤਾਂ ਵੀਡੀਓ ਵੀਡੀਓ ਵਾਲੀਗੇ ਉਹਨਾਂ ਨੇ ਕਿਸੇ ਨੇ ਮੇਰਾ ਫੇਸ ਮੇਰਾ ਯੂਜ਼ ਕੀਤਾ ਇਹ ਕੋਈ ਮਾੜਾ ਮੋਟਾ ਕੰਮ ਨਹੀਂ ਹੈਗਾ ਬੜਾ ਮਿਹਨਤ ਲੱਗਦੀ ਹੈ ਕਿ ਸਵੇਰੇ 4 ਵਜੇ ਉੱਠ ਕੇ ਤਿਆਰ ਵੀ ਹੋਣਾ ਤੇ ਟੂਣਾ ਵੀ ਤਿਆਰ ਕਰਨਾ ਸਸੀ ਕਾਲ ਜੀ ਟੋਕਰਾ ਟੀਵੀ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਕਰਦੇ ਹਾਂ ਅੱਜ ਸਾਡੇ ਪ੍ਰੋਗਰਾਮ ਦੇ ਵਿੱਚ ਉਹ ਸ਼ਖਸੀਤ ਨੂੰ ਲੈ ਕੇ ਹਾਜ਼ਰਾਂ ਜੇ ਦੁਨੀਆ ਤੇ ਆਏ ਆ ਕਿਸੇ ਨੇ ਜੰਮਿਆ ਕੋਈ ਚਾਚਾ ਕੋਈ ਤਾਇਆ ਕੋਈ ਭੂਆ ਕੋਈ ਫੁੱਫੜੇ ਕੋ ਡੈਡੀ ਕੋਈ ਮੰਮੀ ਇਹ ਸਾਰੀਆਂ ਉਲਝਣਾਂ ਦੇ ਵਿੱਚ ਇੱਕ ਅਹਿਮ ਰੋਲ ਜਿਹੜਾ ਹੁੰਦਾ ਉਹ ਰਿਸ਼ਤੇਦਾਰੀ ਦਾ ਹੁੰਦਾ ਹੈ ਅੱਜ ਉਹ ਰਿਸ਼ਤੇਦਾਰ ਨੂੰ ਲੈ ਕੇ ਹਾਜ਼ਰਾਂ ਜੋ ਰਿਸ਼ਤੇਦਾਰ ਵਿਆਹਾਂ ਦੇ ਵਿੱਚ ਗਲੇਸ਼ ਪਾਉਂਦਾ ਜੈਲਸੀ ਹੁੰਦੀ ਉਹਨੂੰ ਬਹੁਤ ਜ਼ਿਆਦਾ ਦੁੱਖ ਲੱਗਦਾ ਜਦੋਂ ਰਿਸ਼ਤੇਦਾਰ ਕਾਮਜਮ ਹੁੰਦਾ ਮੇਰੀ ਮੁਰਾਦ ਰਿਸ਼ਤੇਦਾਰ ਭੂਆ ਦਾ ਮੁੰਡਾ ਮਾਸੀ ਦਾ ਮੁੰਡਾ ਚਾਚੇ ਦਾ ਮੁੰਡਾ ਕਿਸੇ ਦਾ ਫੁੱਫੜ ਕਿਸੇ ਦਾ ਤਾਇਆ ਕਿਸੇ ਦਾ ਚਾਚਾ ਮੇਰੀ ਮੁਰਾਦ ਪਿੰਦਾ ਜੀ ਪ੍ਰੋਗਰਾਮ ਦੇ ਸਵਾਗਤ ਹੈ ਜੀ ਬਹੁਤ ਬਹੁਤ ਤੁਹਾਨੂੰ ਅੱਜ ਤੁਹਾਡਾ ਤੇ ਵਾਕਈ ਜਿਹੜਾ ਤੁਸੀਂ ਮੇਰੀ ਜਿਹੜੀ ਇੰਟਰੋਡਕਸ਼ਨ ਦਿੱਤੀ ਆ ਤੇ ਮੈਂ ਰਹਿਣੀਆਂ ਤੁਹਾਡਾ ਪਹਿਲਾ ਸਵਾਲ ਆ ਜਿਹੜਾ ਜੀ ਜਦੋਂ ਕੋਈ ਰਿਸ਼ਤੇਦਾਰ ਵੱਡੀ ਉਪਲਬਧੀ ਹਾਸਲ ਕਰਦਾ ਹੈ ਜਦੋਂ ਨਾਮ ਬਣਦਾ ਉਹਨਾਂ ਦਾ ਜੀ 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 ਜਲਨ ਕਿਉਂ ਹੁੰਦੀ ਆ ਸਾੜਾ ਕਿਉਂ ਹੁੰਦਾ ਹਾਂ ਜਲਨ ਜੀ ਬੜਾ ਹੀ ਅਹਿਮ ਮੁੱਦਾ ਔਰ ਮੈਂ ਇਹ ਗੱਲ ਕਹਾਂਗਾ ਕਿ ਜਲਨ ਜਿਹੜੀ ਆ ਹੂੰ ਉਹ ਹੁੰਦੀ ਰਹਿਣੀ ਚਾਹੀਦੀ ਹੈ ਹੁੰਦੀ ਰਹਿਣੀ ਚਾਹੀਦੀ ਕਾਰਨ ਕਿਉਂ ਕਿਉਂ ਹੋਣੀ ਜਲਨ ਮੈਂ ਤੁਹਾਨੂੰ ਇਹ ਨਹੀਂ ਮੈਂ ਕਹਿ ਰਿਹਾ ਵੀ ਕਿਸੇ ਨੂੰ ਐਸਿਡਿਟੀ ਆ ਜਾਂ ਕਿਸੇ ਨੇ ਕੁਝ ਚਾ ਜ਼ਿਆਦਾ ਪਿੰਦਾ ਤਾਂ ਉਹ ਜਲਨ ਉਹ ਵੀ ਇਹ ਜਲਨ ਹੋਣੀ ਹੈਗੀ ਹੂੰ ਇੱਕ ਜਲਨ ਹੋਵਾ ਜਦੋਂ ਸਾਡਾ ਸਾਡਾ ਕੋਈ ਆਪਣਾ ਸਾਡਾ ਖੂਨ ਹੂੰ ਸਮਝਦੇ ਹੋ ਨਾ ਤੁਸੀਂ ਮੈਂ ਸਮਝ ਗਿਆ ਜੀ ਸਮਝ ਗਿਆ ਬਿਲਕੁਲ ਜਦੋਂ ਉੱਚੀਆਂ ਬੁਲੰਦੀਆਂ ਤੇ ਪਹੁੰਚਦੇ ਨੇ ਜਾਂ ਫਿਰ ਬਸ ਹਰਾਉਂਦਾ ਸਮਝ ਗਿਆ ਮੈਂ ਤੁਹਾਡੀਆਂ ਜਿਹੜੇ ਜਜ਼ਬਾਤ ਨੇ ਮੈਂ ਸਮਝ ਗਿਆ ਕਿ ਪੂਆ ਦਾ ਮੁੰਡਾ ਕੈਨੇਡਾ ਕਿਦਾਂ ਪਹੁੰਚ ਗਿਆ ਦੱਸੇ ਹੀ ਨਹੀਂ ਸਾਨੂੰ ਦੱਸਿਆ ਹੀ ਨਹੀਂ ਸਾਨੂੰ 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 ਇੱਕ ਵਾਰ ਫੋਨ ਕਰ ਦਿੰਦੇ ਅਸੀਂ ਪਾਣੀ ਮਾਰਨ ਲੱਗੇ ਸੀ ਦੱਸੋ ਵਿਆਜ ਤੋਂ ਚਲੋ ਪਾਣੀ ਵੱਜਦੀ ਹੈ ਅਸੀਂ ਮੰਨਦੇ ਹਾਂ ਚਲੋ ਪਿਛਲੀ ਵਾਰ ਸਾਡਾ ਨੁਕਸ ਨਹੀਂ ਸੀਗਾ ਉਸ ਤੋਂ ਪਿਛਲੀ ਵਾਰ ਤੁਸੀਂ ਮੰਨਦੇ ਆ ਵੀ ਹਾਂ ਤੁਸੀਂ ਪਿਛਲੀ ਵਾਰ ਸੀ ਪਾਣੀ ਮਾਰੀਏ ਪਰ ਜਿਹੜਾ ਯਾਰ ਕੈਨੇਡਾ ਜਾਣਾ ਤੁਸੀਂ ਦੱਸੋ ਤਾਂ ਸਹੀ ਸਾਨੂੰ ਹੂੰ ਚਲੇ ਕਿੱਦਾਂ ਜਾਵੇ ਕਿਵੇਂ ਚਲੇ ਜਾਊਂਗਾ ਦੱਸੋ ਹੂੰ ਜਾਵੇ ਸਾਡੇ ਤੋਂ ਪਹਿਲਾਂ ਨਾ ਜਾਵੇ ਹੂੰ ਜਾਵੇ ਅਸੀਂ ਮਨਾ ਕਰਦੇ ਹਾਂ ਪਰ ਸਾਡੇ ਤੋਂ ਪਹਿਲਾਂ ਪਹਿਲਾਂ ਨਾ ਜਾਵੇ ਤੁਸੀਂ ਜਿਹੜੇ ਆ ਇੱਕ ਵੀਡੀਓ ਵਾਇਰਲ ਹੋਈ ਸੀ ਸ਼ਾਇਦ ਉਹਨਾਂ ਦੇ ਸੀਸੀਟੀਵੀ ਪੂਆ ਦੀ ਸੀਸੀਟੀਵੀ ਜਿਹੜੇ ਉਹਨਾਂ ਦੇ ਘਰ ਕੈਮਰੇ ਲੱਗੇ ਆ ਉੱਥੇ ਜਿਹੜੀ ਤੁਸੀਂ ਵੀਡੀਓ ਇੱਕ ਵਾਇਰਲ ਤੁਸੀਂ ਤੁਹਾਡੀ ਹੋਈ ਸੀ ਤੁਹਾਡਾ ਫੇਸ ਆਇਆ ਸੀ ਕਿ ਤੁਸੀਂ ਐਂ ਕਰਕੇ ਗੋਲਾ ਬਣਾਇਆ ਉੱਥੇ ਚਾਰ ਨਿੰਬੂ ਰੱਖੇ ਸੀ ਸ਼ਾਇਦ ਪੰਜ ਰੱਖੇ ਸੀਗੇ ਉੱਥੇ ਸੂਈ ਮਾਰੀ ਤੇ ਐਦਾਂ ਕਰਕੇ ਕੋਈ ਸੰਦੂਸ ਸੰਦਾਰਜਾ ਰੱਖਿਆ ਸੀਗਾ ਇਹ ਤੁਸੀਂ ਇਹ ਤੁਸੀਂ ਇਹ ਕੁਝ ਗਲਤ ਇਹ ਤੁਸੀਂ ਗਲਤ ਪ੍ਰਚਾਰ ਕਰ ਰਹੇ ਹੋ ਇਹ ਇਹਦਾ ਮਤਲਬ ਕੋਈ ਸਬੂਤ ਹੀ ਨਹੀਂ ਹੈਗਾ ਅਸੀਂ ਸਬੂਤ ਛੱਡਦੇ ਹੀ ਨਹੀਂ ਤੁਸੀਂ ਕਮਾਲ ਹੋ ਗਈ। ਇਹ ਕੋਈ ਤਾਂ ਵੀਡੀਓ ਵਾਇਰਲ ਹੋਈ। ਨਹੀਂ ਵੀਡੀਓ ਕਿਤੇ ਮੇਰੀ ਮੇਰੀ ਗੱਲ ਸੁਣੋ। ਜੇ ਇਹ ਹੁਣ ਦਾ ਨਹੀਂ ਇਹ ਹੈ। ਇਹ ਬੜੀ ਸਦੀਆਂ ਦਾ ਚੱਲਦਾ ਆ ਰਿਹਾ ਹੈ। ਇਹ ਟੂਣੇ ਅਸੀਂ ਸ਼ਰੀਕ ਕਰਦੇ ਆ। ਆਪਣਾ ਇੱਕ ਬੰਦਾ ਕਰਦਾ ਆਪਣਾ ਖੂਨ ਕਰਦਾ ਕੋਈ ਬਾਹਰਲਾ ਨਹੀਂ ਕਸਮ ਸਸਦਾ। ਬਾਹਰ ਦਾ ਹਾਂ। ਇਹ ਇਹ ਆਪਣਾ ਹੀ ਬੰਦਾ ਕਰੇਗਾ ਜੀ। ਹੂੰ। ਇਹ ਬਹੁਤ ਪਹਿਲਾਂ ਤੋਂ ਚੱਲਦਾ ਆ ਰਿਹਾ ਰੀਤ ਕੋਈ ਅੱਜ ਅਸ ਨਵਾਂ ਰੂਲ ਨਹੀਂ ਬਣਾ ਲਿਆ। ਵੀ ਅਸੀਂ ਟੂਣਾ ਟੂਣਾ ਕਰ ਰਹੇ ਹਾਂ ਜੀ ਝਾੜੂ ਖੋਲਤਾ ਜੀ ਚੌਂਕ ਦੇ ਵਿੱਚ ਅਸੀਂ ਉਨੀ ਮੂ ਰੱਖਤੇ ਅਸੀਂ ਖੋਪਾ ਰੱਖਤਾ ਠੀਕ ਹੈ ਨਾ। ਖੋਪਾ ਟੱਪ ਜੇ ਤਾਂ ਨੁਕਸਾਨ ਹੁੰਦਾ। ਖੋ ਮਾਸੀ ਦਾ ਮੁੰਡਾ ਪਿਆ ਪੁੱਛ ਲੋ ਜਾ ਕੇ ਉਹ ਵੀ ਤੁਸੀਂ ਕੀਤਾ ਸੀ ਪੀ ਐਚ ਡੀ ਸੀ ਕਰ ਉਹ ਗੱਲ ਕੀ ਹੈ ਸਰਦਾਰ ਜੀ ਅਸੀਂ ਸਬੂਤ ਛੱਡਦੇ ਨਹੀਂ 4:30 ਵਜੇ ਜਾ ਕੇ ਗੁਣਾ ਕਰੀਦਾ ਚਾ ਕੇ ਪੈ ਜੀਦਾ ਕਿਸੇ ਨੂੰ ਕੰਨੋਂ ਕੰਨ ਖਬਰ ਨਹੀਂ ਨੀ 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 ਇਹ ਤਾਂ ਵੀਡੀਓ ਵੀਡੀਓ ਵਾਲੇ ਨੇ ਉਹਨਾਂ ਨੇ ਕਿਸੇ ਨੇ ਮੇਰਾ ਫੇਸ ਮੇਰਾ ਯੂਜ਼ ਕੀਤਾ ਯੂਜ਼ ਕੀਤਾ ਠੀਕ ਹੈ ਜੀ 4 ਵਜੇ ਸਵੇਰੇ ਤੁਸੀਂ ਕਰ ਦਿੰਦੇ ਹੋ ਕਰ ਦਿੰਦੇ ਹਾਂ ਹੂੰ ਬਹੁਤ ਜਿਵੇਂ ਕਹਿੰਦੇ ਨੇ ਕਿ ਇਹ ਕੋਈ ਮਾੜਾ ਮੋਟਾ ਕੰਮ ਨਹੀਂ ਹੈਗਾ ਬੜਾ ਮਿਹਨਤ ਲੱਗਦੀ ਹੈ ਕਿ ਸਵੇਰੇ 4 ਵਜੇ ਉੱਠ ਕੇ ਤਿਆਰ ਵੀ ਹੋਣਾ ਤੇ ਟੂਣਾ ਵੀ ਤਿਆਰ ਕਰਨਾ ਤੇ ਫਿਰ ਆ ਕੇ ਘਰ ਵਾਪਸ ਉਹਨਾਂ ਪੈਰਾਂ ਤੇ ਕਿ ਅਗਲੇ ਨੂੰ ਪਤਾ ਵੀ ਨਹੀਂ ਲੱਗਣਾ ਕਿ ਕਾਰਨ ਕਰ ਕੁੰਗੇ ਕੀ ਬਾਤ ਬਹੁਤ ਮਿਹਨਤ ਹੈ ਵੀ ਆਖਰੀ ਵਾਰ ਮੈਂ ਚਲੋ ਤੁਸੀਂ ਤੁਸੀਂ ਵੀ ਇੱਕ ਰਿਸ਼ਤੇਦਾਰ ਹੋ ਬਿਲਕੁਲ ਕਿਸ ਦੇ ਵੀ ਕਲੀਗ ਆਪਾਂ ਗੱਲ ਕਰਦੇ ਹਾਂ ਮੈਂ ਤੁਹਾਨੂੰ ਦੱਸ ਦਿੰਦਾ ਵੀ ਮੈਂ ਪਿਛਲੇ ਐਤਵਾਰ ਜਿਹੜਾ ਮੈਂ ਜਿੰਦਾ ਜਿਹੜਾ ਹੈ ਨਾ ਜਾਂਕ ਚ ਰੱਕੇ। ਆਹ ਦੇਖੋ। ਅਗਲੇ ਦਾ ਕੰਮ ਹੀ ਬੰਦ ਹੋ ਜਾਏ। ਬੰਦ ਹੋ। ਹੋਰ ਗੱਲਾਂ ਦੀ ਗੱਲਾਂ ਛੱਡੋ ਤੁਸੀਂ। ਆਪਣੇ ਸਾਲੇ ਦੇ ਵਿਆਹ ਨੂੰ ਤੁਸੀਂ ਭੰਡਤਾ। ਉਹ ਵੀਡੀਓ ਮੈਂ ਦੇਖੀ ਹੈ ਵਿਆਹ ਦੀ ਸਾਰੀ। ਹਮ 135 ਪਕਵਾਨ ਜਿਹੜੇ ਉਹਨਾਂ ਨੇ ਰਿਕਾਰਡ ਬਣਾਇਆ ਪੰਜਾਬ ਦੇ ਵਿੱਚ ਕੀ 1.5 ਕਰੋੜ ਰੁਪਇਆ ਜਿਹੜਾ ਉਹਨਾਂ ਨੇ ਲਾਇਆ ਸੀ। ਪਰ ਉੱਥੇ ਵੀ ਤੁਸੀਂ ਭੰਡਤਾ। 1.5 ਕਰੋੜ ਰੁਪਇਆ ਲਾਤਾ। ਬਿਲਕੁਲ। ਹੈ 135 ਪਕਵਾਨ। ਜੀ। ਸਾਲਿਆਂ ਨੇ ਸਾਗ ਬਣਾਇਆ ਸੀ। ਨਾ ਅਸੀਂ ਚੇਨਈ ਤੋਂ ਆਏ ਹਾਂ। ਨਕਲ ਕਰਕੇ ਤੈ ਤੋਂ ਆਇਆ ਸੀ ਫੇਰ ਸਾਗ ਵੇਖਿਆ ਹੀ ਨਹੀਂ ਉਹ ਤਿੰਨ ਤਿੰਨ ਦਿਨ ਸਾਡੇ ਸਾਗ ਬਣਾ ਰਹੇ ਦਾ ਦੱਸੋ ਸਾਗ ਕੋਈ ਮਾੜੀ ਚੀਜ਼ ਨਹੀਂ ਹੈਗੀ ਕੀ ਸਾਗ ਮਾੜੀ ਚੀਜ਼ ਨਹੀਂ ਯਾਰ ਵੀ ਉਹਨਾਂ ਨੇ ਛੱਡੀ ਨਹੀਂ ਕੋਈ ਮੀਟ ਨਹੀਂ ਬਣਾਇਆ ਸਾਲਾ ਸਾਡੇ ਸਾਰੇ ਰਿਸ਼ਤੇਦਾਰ ਸਾਡੇ ਸਾਰੇ ਰਿਸ਼ਤੇਦਾਰ ਸ਼ਰਾਬੀ ਨੇ ਨਿਕੋ ਕਾਰਨ ਹੋਏਗਾ ਜਿਹੜਾ ਉਹਨਾਂ ਨੂੰ ਸ਼ਾਇਦ ਕਿਸੇ ਬਾਬੇ ਨੇ ਕਿਹਾ ਹੋਣਾ ਹੈ ਸਾਹਿਬ ਬਾਬੇ ਨੇ ਕਿਹਾ ਹੋਣਾ ਨਾ ਨਹੀਂ ਫੇਰ ਉਹ ਚੀਜ਼ਾਂ ਦਾ ਮਾੜੀਆਂ ਨੇ ਜੀ ਆਪਾਂ ਕਿਹੜੀ ਚੀਜ਼ ਮਾੜੀ ਹੈ ਕਿਉਂ ਮੇਰੀ ਗੱਲ ਸੁਣੋ ਜੀ ਹੂੰ ਸੂਮੂ ਪਰਵਾਰ ਲਿਖਿਆ ਕਾਰਡ ਦੇ ਉੱਤੇ ਹੂੰ 500 ਰੁਪਿਆ ਛੋਟੀ ਮੋੜੀ ਰਕਮ ਤੁਸੀਂ ਨਹੀਂ ਹੁੰਦਾ ਪਾਇਆ ਮੈਂ ਨਹੀਂ ਹੁੰਦਾ ਪਾਇਆ ਕਿੱਥੇ ਪਾਇਆ ਜੀ ਜਦੋਂ ਮੈਂ ਆ ਦੇਖਿਆ ਨਾ ਇਹਨਾਂ ਦੇ ਤਾਂ ਵਿਆਹ ਕੀਤਾ ਇਹਨਾਂ ਨੇ ਵਿਆਹ ਦੇ ਵਿੱਚ ਮੇਰੇ ਨਾਲ ਸਾਗ ਬਣਿਆ ਸਾਗ ਬਣਿਆ ਹੂੰ ਉਹ ਨਿਉਂਦਾ ਮੈਂ ਵਾਪਸ ਹੀ ਲੈ ਗਿਆ ਨਿਉਂਦਾ ਵਾਪਸ ਲੈ ਲਿਆ ਨਾਲ ਠੇਕਾ ਸੀਗਾ ਜਦੋਂ ਪੱਲੇਉ ਪੀਣੀ ਪਵੇ ਨਾ ਸਰਦਾਰ ਜੀ ਹੂੰ ਫਿਰ ਵਿਆਹ ਦਾ ਮਜ਼ਾ ਨਹੀਂ ਆਉਂਦਾ ਮਜ਼ਾ ਨਹੀਂ ਆਉਂਦਾ ਸੋ ਸਮੂਹ ਪਰਿਵਾਰ ਸੱਤ ਬੰਦੇ ਨੇ ਜੀ ਪਰਿਵਾਰ ਦੇ ਵਿੱਚ ਸਾਰੇ ਲੈ ਕੇ ਪਹੁੰਚਿਆ ਵਿਆਹ ਦੇ ਵਿੱਚ ਮੈਂ ਸਾਲੇ ਦਾ ਵਿਆਹ ਤਾਂ ਜਾਣਾ ਹੀ ਸੀ ਸਾਲੇ ਦਾ ਵਿਆਹ ਜਾਣਾ ਸੀ ਬੱਚੋ ਸਾਲੇ ਚੋਰੀ ਹੋ ਗਈ ਘਰ 'ਚ 12 ਲੱਖ ਦਾ ਪੈ ਗਿਆ ਮੈਨੂੰ ਵਿਆਹ ਐਸਾ ਕੀ ਚੋਰੀ ਕਰ ਲਿਆ ਐਸਾ ਕੀ ਚੋਰੀ ਕਰ ਲਿਆ ਕਰਾਇਤੇ ਰਹਿਨੇ ਸੀ ਹੂੰ ਮਕਾਨ ਮਾਲਕ ਉੱਪਰ ਲੈਂਦੇ ਨੇ ਉਹ ਸੋਨਾ ਚੋਰੀ ਹੋ ਗਿਆ ਉਹਨਾਂ ਦਾ ਸਾਲਾ ਨੇ 9 ਸਾਢੇ ਤੇ ਲਾਤਾ ਹੂੰ ਚੋਰੀ ਹੋ ਗਈ ਪੁੱਛੋ ਤੁਹਾਡੇ ਘਰ ਦੇ ਵਿੱਚ ਕਲੇਸ਼ ਦਾ ਕਾਰਨ ਕੀ ਆ ਜੇ ਤੁਹਾਡੇ ਮੈਂ ਦੇਖਦਾ ਰੋਲਾ ਬਹੁਤ ਪੈਂਦਾ ਜੀ ਕਲੇਸ਼ ਦਾ ਕਾਰਨ ਕੀ ਹੈ ਕਲੇਸ਼ ਦਾ ਕਾਰਨ ਕੀ ਹੋਣਾ ਜੀ ਪੂਆ ਆਉਂਦੀ ਐ ਬਾਪੂ ਨੂੰ ਚੱਕ ਦੂ ਹੂੰ ਮੁੰਡੇ ਨੇ ਤੇਰੇ ਨੇ ਹੀ ਨਹੀਂ ਕਰਨਾ ਮੁੰਡੇ ਨੇ ਤੇਰੇ ਨੇ ਨਹੀਂ ਕਰਨਾ ਦੱਸੋ ਉਹ ਮੈਂ ਜਿਉ ਐਮਏ ਕਰ ਗਿਆ ਹੈ ਪੀ ਐਚ ਡੀ ਕਰ ਗਿਆ ਪੀ ਐਚ ਡੀ ਕਰਨ ਤੋਂ ਬਾਅਦ ਮੈਂ ਵਧੀਆ ਤਰੀਕੇ ਨਾਲ ਜੌਬ ਕਰ ਰਿਹਾ ਆ ਵਧੀਆ ਚਾਰ ਪੈਸੇ ਕਮਾ ਰਿਹਾ ਆ ਹੂੰ ਹੈ ਦੱਸੋ ਵੱਡੀ ਭੂਆ ਕੋ ਛੋਟੀ ਹੈ ਛੋਟੀ ਹੈ ਜੀ ਛੋਟੀ ਭੂਆ ਬੱਚੇ ਉਹਨਾਂ ਦੇ ਬੱਚੇ ਜੀ ਮੇਰੇ ਤੋਂ 4 ਸਾਲ ਵੱਡੇ ਨੇ ਉਹ ਕੀ ਕਰਦੇ ਉਹ ਹਲੇ ਪੜ੍ਹਦੇ ਨੇ ਪੜ੍ਹਦੇ ਜੀ ਫਿਰ ਮਤਲਬ ਤੁਹਾਡੇ ਕਾਰਨ ਕੀ ਆ ਮਤਲਬ ਕਲੇਸ਼ ਦਾ ਤੁਹਾਨੂੰ ਲੱਗਦਾ ਕਿ ਭੂਆ ਕੁਛ ਜਿਹੜੀ ਹੈ ਦੇਖੋ ਜੀ ਜਦੋਂ ਉਹ ਆਉਂਦੀ ਹੈ ਭੂਆ ਆਉਂਦੀ ਹੈ ਹੂੰ ਤੇ ਕਈ ਵਾਰ ਮਾਸੀ ਮਾਸੜ ਵੀ ਆਉਂਦੇ ਨੇ ਹੂੰ ਤੇ ਉਹਨਾਂ ਨੇ ਆ ਕੇ ਕੀ ਕਰਨਾ ਜੀ ਬਾਪੂ ਉਹਨਾਂ ਨੂੰ ਬੇਬੇ ਉਹਨਾਂ ਨੂੰ ਚੱਕ ਫੇਰ ਸਾਨੂੰ ਪਤਾ ਵੀ ਸਾਰੇ ਜਿਹੜੇ ਇੱਥੇ ਕਲੇਸ਼ ਹੀ ਪੈਣਾ ਉਹਨਾਂ ਦੇ ਜਵਾਬ ਇਹ ਕਰਦੇ ਨੇ ਉਹਨਾਂ ਦੇ ਜਵਾਬ ਉਹ ਕਰਦੇ ਨੇ ਤੁਹਾਡਿਆਂ ਨੇ ਨਹੀਂ ਕੱਖ ਸਾਡਿਆਂ ਨੇ ਕੱਖ ਨਹੀਂ ਕਰਨਾ ਉਹ ਤੋਂ ਕਲੇਸ਼ ਜਿਹੜਾ ਉਹ ਉਹ ਸਾਨੂੰ ਇਹ ਦੇਖਦੇ ਨੇ ਵੀ ਇਹ ਕੋਈ ਚੋਰ ਹੋ ਹਾਂ ਹੈ ਇਹ ਕੋਈ ਸਾਲਾ ਡਾਕਾ ਮਾਰਨ ਵਾਲਾ ਹੈ ਸਾਡੀ ਸ਼ੋਭੀ ਇਦਾਂ ਦੀ ਬਣਾ ਦਿੰਦੇ ਨੇ ਸਾਡੇ ਘਰ ਦੇ ਸਾਹਮਣੇ ਨਹੀਂ ਫਿਰ ਇੱਕ ਕਾਰਨ ਹੋਰ ਵੀ ਸੀ ਭੂਆ ਦੇ ਬੇਟੇ ਦਾ ਤੁਸੀਂ ਰਿਸ਼ਤਾ ਤਲਵਾਇਆ ਹਾਂਜੀ ਤੁਹਾਨੂੰ ਤੁਸੀਂ ਤੜਵਾ ਕੇ ਉੱਤੇ ਕੀ ਕੀ ਕਿਹਾ ਤੁਸੀਂ ਤੁਹਾਨੂੰ ਪਤਾ ਮੈਂ ਕੀ ਕਹਿ ਸਕਦਾ ਦੱਸੋ ਨਹੀਂ ਤੁਸੀਂ ਤੜਵਾਇਆ ਮੈਂ ਮੈਂ ਤੜਵਾਇਆ ਨਹੀਂ ਜੀ ਮੈਂ ਤਾਂ ਉਹਦੀਆਂ ਕੁਆਲਿਟੀਆਂ ਦੱਸੀਆਂ ਨੇ ਇੱਕ ਕੁਆਲਿਟੀਆਂ ਕੀ ਚਿੱਟਾ ਲਾਉਂਦਾ ਚਿੱਟਾ ਯਾਰ ਦੇਖੋ ਹੂੰ ਮੈਂ ਡੋਡਿਆਂ ਬਾਰੇ ਨਹੀਂ ਕਿਹਾ ਫੀਮ ਬਾਰੇ ਵੀ ਕਿਹਾ ਸ਼ਰਾਬ ਬਾਰੇ ਵੀ ਮੈਂ ਕਿਹਾ ਹੂੰ ਪਰ ਇਹਦੇ ਨਾਲ ਰਿਸ਼ਤੇ ਦਾ ਟੁੱਟਣ ਦਾ ਮੈਂ ਨਹੀਂ ਮੈਂ ਸਮਝਿਆ ਵੀ ਮਤਲਬ ਇਹ ਤਾਂ ਕਾਰਨ ਕੀ ਹੈ ਨਹੀਂ ਇਹ ਡਿਊਟੀਆਂ ਨੇ ਇਹ ਡਿਊਟੀ ਲੱਗੀ ਸਾਡੀ ਹੂੰ ਵੀਂਗ ਰਿਸ਼ਤੇਦਾਰ ਇਹ ਮੇਰੀ ਡਿਊਟੀ ਹੈ ਕਿ ਮੈਂ ਜਿਹੜਾ ਆ ਵਿਆਹ ਦੇ ਵਿੱਚ ਜਿਹੜਾ ਆ ਨਾ ਮੈਂ ਖਲਲ ਪਾਵਾਂ ਪਿੰਡਾਂ ਦੇ ਵਿੱਚ ਵੀ ਮੈਂ ਜਿਹੜਾ ਦੇਖਦਾ ਹੁੰਨਾ ਨੇ ਕਿ ਪਿੰਡ ਦੇ ਵਿੱਚ ਕੋਈ ਵੀ ਬੰਦਾ ਆ ਜਦੋਂ ਪਰਮਾਤਮਾ ਨੇ ਚੰਗਾ ਚਾਹਿਆ ਸਾਡੇ ਵਾਂਗੂੰ ਦਾ ਰਿਸ਼ਤਾ ਜਿਹੜਾ ਹੋ ਜਾਂਦਾ ਕਿਉਂਕਿ ਇੱਕ ਮੈਂ ਹੋਰ ਮੈਂ ਤੁਹਾਨੂੰ ਦੱਸਾਂਗਾ ਕਿ ਮੈਨੂੰ ਐਂਟਰੀ ਵਾਲੀ ਇੰਟਰਵਿਊ ਤੇ ਬੜਾ ਮਜ਼ਾ ਆਏਗਾ ਮੈਂ ਜਦੋਂ ਵੀ ਕੋਈ ਵਿਆਹ ਹੋਏ ਨਾ ਜੀ ਮੈਂ ਆਇ ਬੈਠਦਾ ਇਹ ਕਾਰਨ ਕਿ ਮੂੰਹ ਸਜਾ ਕੇ ਕਿਉਂ ਬਸ ਮੈਦਾਨ ਦਾ ਜੀ ਮੈਦਾਨ ਦਾ ਚੋੜ ਚੋੜ ਕਰ ਲੈ ਬਾਜੀ ਲੰਬੜਦਾਰੀ ਛਾਜ ਬੰਨੇ ਛੋਟੂ ਛੋਟੀ ਗੱਲ ਤੇ ਲੜ ਪੈਂਦਾ ਮੈਂ ਹਮ ਛੋਟੇ ਛੋਟੀ ਗੱਲ ਤੇ ਮੈਨੂੰ ਆਹ ਨਹੀਂ ਪੁੱਛਿਆ ਮੈਨੂੰ ਉਹ ਨਹੀਂ ਪੁੱਛਿਆ ਮੈਨੂੰ ਫਲਾਨਾ ਨਹੀਂ ਪੁੱਛਿਆ ਆ ਵੀ ਪਿੰਡਾਂ ਦੀ ਮੈਂ ਗੱਲ ਸੁਣਾ ਰਿਹਾ ਸੀ ਕਿ ਪਿੰਡਾਂ ਦੇ ਵਿੱਚ ਦੇਖਿਆ ਹੋਣਾ ਤੁਸੀਂ ਕਿ ਪਾਨੀ ਬਹੁਤ ਜ਼ਿਆਦਾ ਵਜਦੀ ਹੈ ਹਾਂ ਜਿਹੜੇ ਬੰਦੇ ਨੂੰ ਬੱਚੇ ਨੂੰ ਵੀ ਨਹੀਂ ਪਤਾ ਹੁੰਦਾ ਕਿ ਉਹ ਮੈਨ ਨਸ਼ਾ ਸੁਣਿਆ ਵੀ ਨਹੀਂ ਹੁੰਦਾ ਤੇ ਉਹ ਜਿਹੜਾ ਇਲਜ਼ਾਮ ਲਾ ਦਿੱਤਾ ਜਾਂਦਾ ਕਿ ਮੁੰਡਾ ਚਿੱਟਾ ਚਿੱਟਾ ਦਾ ਆਮ ਜੇ ਲਵਾ ਦਿੰਦੇ ਜੀ ਹਾਂ ਵੀ ਲਵਾ ਦਿੰਦੇ ਹੈ ਨਹੀਂ ਇੰਨਾ ਮਹਿੰਗਾ ਨਸ਼ਾ ਜਿਹੜਾ ਆ ਜਿਹੜੇ ਰਿਸ਼ਤੇਦਾਰ ਆ ਉਹ ਸਾਨੂੰ ਲਵਾ ਦਿੰਦੇ ਦੇਖੋ ਜੀ ਰਿਸ਼ਤੇਦਾਰਾਂ ਦੀ ਦੇਖੋ ਐਵੇਂ ਨਹੀਂ ਕਿਹਾ ਵੀ ਰਿਸ਼ਤੇਦਾਰੀਆਂ ਬਿਮਾਰੀਆਂ ਦੀ ਖਿਤਾਬ ਆ ਸਾਨੂੰ ਕੀ ਬਾਤ ਆ ਕੀ ਬਾਤ ਆ ਬਰੀਕੀ ਰਿਸ਼ਤੇਦਾਰੀਆਂ ਬਿਮਾਰੀਆਂ ਹੂੰ ਸੋ ਮੈਂ ਤਾਂ ਇਹੀ ਕਹਾਂਗਾ ਜੀ ਜਿੰਨਾ ਸਾਡੇ ਕੋਲੋਂ ਮੇਰੇ ਕੀ ਰਿਸ਼ਤੇਦਾਰੀ ਕੋਲੋਂ ਬਚ ਸਕਦੇ ਹੋ ਬਚੋ ਹੂੰ ਨਹੀਂ ਤਾਂ ਤਬਾਹ ਹੋ ਜਾਓਗੇ ਤੁਸੀਂ ਕੋਈ ਪੀ ਐਚ ਡੀ ਕੋਈ ਅਰਬਾ ਖਰਬਾ ਕੋਈ ਨਹੀਂ ਬਚਿਆ ਜੀ ਰਿਸ਼ਤੇਦਾਰੀ ਤੋਂ ਰਿਸ਼ਤੇਦਾਰਾਂ ਇੱਕ ਵਾਰ ਤੁਹਾਨੂੰ ਇਹਦਾ ਹੌਣ ਲੱਗ ਗਿਆ ਤੁਸੀਂ ਸਿਉਂਖ ਵਾਂਗੂ ਖਾਲੀ ਹੋ ਜਾਣਾ ਕੀ ਬਾਤ ਆ ਜੀ ਬਹੁਤ ਜਿਹੜੀਆਂ ਬਰੀਕੀ ਚ ਗੱਲਾਂ ਜਿਹੜੀਆਂ ਭਿੰਦਾ ਜੀ ਨੇ ਕੀਤੀਆਂ ਨੇ ਤੇ ਅਗਲੇ ਪ੍ਰੋਗਰਾਮ ਦੇ ਵਿੱਚ ਮੈਨੂੰ ਬੜਾ ਮਜ਼ਾ ਆਉਂਦਾ ਮੈਂ ਚੁਗਲੀ ਕਰਾਣਾ ਮੈਨੂੰ ਬੜਾ ਮਜ਼ਾ ਆਉਂਦਾ। ਕੀ ਬਾਤ ਹੈ। ਹਾਂ ਪ੍ਰੋਗਰਾਮ ਨੂੰ ਜਿਹੜਾ ਆ ਤੁਸੀਂ ਬਹੁਤ ਤਿਆਰ ਦਿੰਦੇ ਹੋ, ਵਾਰਾ ਦਿੰਦੇ ਹੋ। ਚੈਨਲ ਨੂੰ ਵੱਧ ਵੱਧ ਸਬਸਕ੍ਰਾਈਬ ਕਰੋ, ਸ਼ੇਅਰ ਕਰੋ, ਲਾਈਕ ਕਰੋ ਤੇ ਬੈਲ ਆਈਕਨ ਦੀ ਘੰਟੀ ਵਜਾਣੀ ਨਾ ਭੁੱਲਣਾ ਉਹ ਜ਼ਰੂਰੀ ਹੈ ਜੀ। ਤੇ ਤੁਸੀਂ ਬੜਾ ਵਧੀਆ ਕੀਤਾ ਪਰ ਮੈਂ ਤੁਸੀਂ ਵਧੀਆ ਕੀਤਾ ਪਰ ਫਿਰ ਵੀ ਮੈਂ ਕਹੂੰਗਾ ਵੀ ਤੁਸੀਂ ਵਧੀਆ ਨਹੀਂ ਕੀਤਾ। ਵਧੀਆ ਨਹੀਂ ਕੀਤਾ। ਤੁਸੀਂ ਆਪਣੀ ਡਿਊਟੀ ਨਿਭਾ ਰਹੇ ਮੇਰੀ ਡਿਊਟੀ ਹੈ ਕਰੀ ਸਮਾਪਤ ਕਰੀ ਜੀ ਕਰ ਦੋ ਤੁਹਾਡਾ ਧੰਨਵਾਦ ਬਾਈ